तरफ तो बॉर्डरों पर देश के अन्नदाता धरने के दौरान परेशानी झेल रहे हैं और एक तरफ सरकार बड़े बड़े दावे कर रही है किसानों के साथ, दूसरी ओर दो दिन से हो रही बारिश के चलते जिला गुरदासपुर की कादिया की दाना मंडी के हालात आप खुद देख सकते हैं। देखते रहे मस्का चस्का टाइम्स। ਕੀ ਨਾਮ ਹੈ ਆਪਣਾ? ਮੇਰਾ ਨਾਮ ਮੰਗਲ ਸਿੰਘ ਹੈ ਜੀ। ਕਿਹੜਾ ਪਿੰਡ? ਇਹ ਬੁੱਟਰ ਕਲਾਂ। ਤੇ ਕਿਹੜੀ ਕਣਕ ਹੈਗੀ ਹੈ ਆਪਣੀ? ਇਹ ਦੇਖੋ ਸਾਹਮਣੇ ਹੈ ਜੀ ਕਣਕ, ਆ ਵੇਖੋ ਕਣਕ ਦਾ ਕੀ ਹਾਲ। ਇਹ ਸਰਕਾਰ ਦਾ ਹਾਲ, ਪਾਣੀ ਵੇਖੋ ਕਿੰਨਾ ਕਿੰਨਾ ਖਲੋਤਾ, ਜੋ ਇਹ ਸਾਰੇ ਮੰਡੀ ਵਾਲੇ ਵੀ ਖਲੋਤੇ ਕੀ ਕਰਨੇ ਆ ਦੇਖੋ। ਚਾਰ ਦਿਨ ਹੋ ਗਏ ਮੈਨੂੰ ਇੱਥੇ ਆਏ। ਉੱਧਰ ਸ਼ੈੱਡ ਥੱਲੇ ਜਾਣ ਵਾਸਤੇ ਨੀ ਕਿਹਾ? ਨਹੀਂ ਉੱਧਰ ਹੈ ਹੀ ਨੀ, ਜਗ੍ਹਾ ਹੀ ਨੀ ਹੈਗੀ। ਉੱਧਰ ਸ਼ੈੱਡ ਵਾਲੇ ਰਿਹਾ ਬਾਹਰ ਬੈਠੇ ਜੀ। किसान की करूगा, मरूगा जी। हूं छह महीने की पाली फसल पट्टा वर्ग इतने रुल गई है, सामने आडे देख लो, आप ही वेख लो, कह की लोड़ ही नहीं। ਮੇਰਾ ਪਿੰਡ ਨਾਥਪੁਰ ਹੈ ਜੀ। ਹਾਂਜੀ ਹਾਂਜੀ। ਤੇ ਬੱਬੂ ਮੇਰਾ ਨਾਮ ਆ। ਠੀਕ ਹੈ। ਹਾਂਜੀ, ਇਹ ਮੰਡੀ ਆਪਣੀ ਹੈ ਜੀ। ਇਹ ਕਣਕ ਕਿੰਨੀ ਆਪਣੀ? ਆਪਣੀ ਕਣਕ ਘੱਟ ਤੋਂ ਘੱਟ 10,000 ਦੇ ਲੱਗ ਜਾਏਗਾ ਤੋੜਾ। ਇਹ ਜਿਹੜੀ ਬਾਰਿਸ਼ ਹੋਈ ਆ ਰਾਤ ਤੋਂ ਕੱਲ ਦੀ ਚੱਲ ਰਹੀ ਹੈ। ਹਾਂਜੀ। ਕਿਸਾਨ ਦੇ ਹਾਲਾਤ ਨੇ ਕਣਕ ਦੇ? ਬਹੁਤ ਬੁਰੇ ਆ ਜੀ। ਅਸੀਂ ਤੇ 100 ਰਾਖੀ ਵੀ ਨਹੀਂ ਕਰ ਸਾਡੇ ਕੋਲ ਹੋਣ ਦੀ, ਤੇ ਮਾਲ ਵੀ ਭੇਜ ਰਿਹਾ। ਹਾਂ। ਤੇ ਲੇਬਰ ਵਾਲੇ ਬੰਦੇ ਸੌਣ ਦੀ ਜਗ੍ਹਾ ਨਹੀਂ, ਤਰਪਾਲਾਂ ਦੇ ਵਿੱਚੋਂ ਨਹੀਂ ਪਾਣੀ ਆ ਰਿਹਾ, ਤੇ ਬੁਰੀ ਹਾਲਤ ਆ। ਸਮਝੋ ਸਾਡਾ ਮਾਲ ਚੁੱਕਿਆ ਜਾਵੇ ਤੇ ਸਾਡੀ ਟੈਨਸ਼ਨ ਖਤਮ ਹੋ ਜਾਵੇ, ਇਹੀ ਬੇਨਤੀ ਹੈ ਜੀ ਸਾਡੀ।